ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਅੰਦੋਲਨ ਨੂੰ 6 ਮਹੀਨੇ ਹੋ ਗਏ ਨੇ ਔਰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਅੱਜ ਇੱਕ ਕਾਲਾ ਦਿਨ ਮਨਾਇਆ ਜਾ ਰਿਹਾ ਹੈ ਔਰ ਕਾਲੇ ਝੰਡੇ ਲਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਹੱਥ ਜੋੜ ਕੇ ਕਿ ਆਪਣੇ ਆਪਣੇ ਘਰਾਂ ਤੇ ਆਪਣੇ ਆਪਣੇ ਗੱਡੀਆਂ ਤੇ ਆਪਣੇ ਆਪਣੇ ਕੰਮ ਤੇ ਕਾਲੇ ਝੰਡੇ ਲਾ ਕੇ ਇਹ ਅਫਸੋਸ ਜਿਹੜਾ ਹੈ ਜਿਹੜਾ ਰੋਸ ਹੈ ਇਹਦਾ ਬਿਆਨ ਜ਼ਰੂਰ ਕਰੋ ਤਾਂ ਕਿ ਸਾਰੀ ਦੁਨੀਆ ਨੂੰ ਸਾਰੇ ਦੇਸ਼ ਨੂੰ ਪਤਾ ਲੱਗੇ ਕਿ ਕੀ ਕਿਸਾਨਾਂ ਨਾਲ ਤੇ ਹਿੰਦੁਸਤਾਨ ਦੇ ਲੋਕਾਂ ਨਾਲ ਬੀਤ ਰਹੀ ਹੈ ਤੁਹਾਨੂੰ ਫਿਰ ਹੁਮ ਹਮਾ ਕੇ ਸਾਰੇ ਇਕੱਠੇ ਹੋ ਕੇ ਅਤੇ ਜਿਹੜਾ ਦਿਹਾੜਾ ਕਾਲੇ ਝੰਡੇ ਆਪਣੇ ਹੱਥ ਚ ਲੈ ਕੇ ਤੇ ਸਾਰੇ ਇਕਜੁੱਟ ਹੋ ਗਏ ਇਕਜੁੱਟਾ ਪਿਆਰ ਸਤਿਕਾਰ ਕਰਦਿਆਂ ਹੋਇਆ ਗੁਰੂ ਮਹਾਰਾਜ ਦੀ ਹਾਜ਼ਰੀ ਲਾ ਕੇ ਤੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜਲਦੀ ਤੋਂ ਜਲਦੀ ਜਿਹੜੇ ਕਾਲੇ ਬਿੱਲ ਨੇ ਇਹ ਰੱਦ ਕੀਤੇ ਜਾਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ